ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਖਾਸ ਕਰਕੇ 10ਵੀਂ ਅਤੇ 12ਵੀਂ ਜਮਾਤ ਲਈ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਦੇਖਦੇ ਰਹਿਣਾ ਤੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਤੁਹਾਡੇ 10ਵੀਂ ਅਤੇ 12ਵੀਂ ਜਮਾਤ ਦੇ ਫਾਈਨਲ ਰਿਜ਼ਲਟ ਆਣੇ ਨੇ 2022 ਦੇ ਆਖਿਰਕਾਰ ਜਿਹੜੇ ਫਾਈਨਲ ਨਤੀਜੇ ਨੇ ਉਹ ਕਿਸ ਦਿਨ ਆਉਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਜਿਹੜੀ ਵੱਡੀ ਖਬਰ ਹੈ ਉਹ ਦੱਸਾਂਗੇ ਇੱਕ ਦੋ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਜਿਹੜੇ 12ਵੀਂ ਜਮਾਤ ਦੇ ਨਤੀਜੇ ਨੇ PSC ਬੋਰਡ ਦੇ ਯਾਨਕੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 12ਵੀਂ ਜਮਾਤ ਦੇ ਕਿ 24 ਜੂਨ ਨੂੰ ਜਿਹੜੇ ਨਤੀਜੇ ਹੋ ਆਉਣਗੇ ਪਰ ਜਿਹੜੇ 10ਵੀਂ ਜਮਾਤ ਦੇ ਨਤੀਜੇ ਨੇ ਉਹ ਆਉਣਗੇ 29 ਜੂਨ ਨੂੰ ਕੀ ਇਹ ਖਬਰ ਝੂਠੀ ਸੀ ਜਾਂ ਫਿਰ ਸੱਚੀ ਠੀਕ ਹੈ ਇਹ ਖਬਰ ਜਿਹੜੀ ਬਿਲਕੁਲ ਸੱਚੀ ਹੈ ਪਰ ਉਸ ਖਬਰ ਵਿੱਚ ਐਦਾਂ ਵੀ ਲਿਖਿਆ ਹੋਇਆ ਹੈ ਕਿ ਜੇ ਕੋਈ ਹੋਰ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 2 ਦਿਨ ਪਹਿਲਾਂ ਦੀ ਇਹ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਈ ਸੀ ਅਕਾਦਮਿਕ ਸਾਲ 2021-2022 ਦੀਆਂ 10ਵੀਂ ਅਤੇ 12ਵੀਂ ਦੀਆਂ ਜਿਹੜੇ ਪ੍ਰੀਖਿਆਵਾਂ ਹੋਈਆਂ ਨੇ ਉਹਨਾਂ ਦਾ ਨਤੀਜਾ ਜਿਹੜਾ 12ਵੀਂ ਜਮਾਤ ਦਾ 24 ਜੂਨ ਨੂੰ ਆਵੇਗਾ ਅਤੇ 10ਵੀਂ ਜਮਾਤ ਦਾ 29 ਜੂਨ ਨੂੰ ਅਤੇ ਨੀਚੇ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਸਾਰੀ ਖਬਰ ਡਿਟੇਲ ਵਿੱਚ ਦਿਖਾਣੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਣ ਵਾਲੇ ਰਿਜ਼ਲਟ ਨੂੰ pscb.ac.in ਤੇ ਦੇਖਿਆ ਜਾ ਸਕਦਾ ਹੈ ਜਿਕਰ ਯੋਗ ਹੈ ਕਿ ਪੰਜਾਬ ਬੋਰਡ ਵੱਲੋਂ 10ਵੀਂ ਜਮਾਤ ਦਾ ਟਰਮ ਆਂਡਰ ਨਤੀਜਾ 28 ਮਈ 2022 ਨੂੰ ਜਾਰੀ ਕੀਤਾ ਗਿਆ ਸੀ ਤੇ 12ਵੀਂ ਜਮਾਤ ਦਾ ਜਿਹੜਾ ਟੈਰਮ ਆਂਡ ਦਾ ਨਤੀਜਾ 11 ਮਈ ਨੂੰ ਐਲਾਨਿਆ ਗਿਆ ਸੀ ਪਰ ਹੁਣ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਖਬਰ ਆਈ ਸੀ ਵਿੱਚ ਐਨ ਲਿਖਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜੇਕਰ ਕੋਈ ਤਕਨੀਕੀ ਸਮੱਸਿਆ ਨਾ ਆਈ ਤਾਂ 12ਵੀਂ ਜਮਾਤ ਦਾ ਨਤੀਜਾ 24 ਜੂਨ ਨੂੰ ਤੇ 10ਵੀਂ ਦਾ 29 ਜੂਨ ਨੂੰ ਘੋਸ਼ਿਤ ਕਰ ਦਿੱਤਾ ਜਾਵੇਗਾ ਹਾਂਜੀ ਦੋਸਤੋ ਇਸ ਵਿੱਚ ਸਾਫ਼-ਸਾਫ਼ ਲਿਖਿਆ ਹੈ ਜੇਕਰ ਕੋਈ ਤਕਨੀਕੀ ਸਮੱਸਿਆ ਨਾ ਆਈ ਤਾਂ ਫਿਰ 24 ਜੂਨ ਨੂੰ ਜਿਹੜਾ ਨਤੀਜਾ ਆਵੇਗਾ ਯਾਨਕੀ ਕੱਲ 12ਵੀਂ ਦਾ ਨਤੀਜਾ ਆਵੇਗਾ ਜਾਂ ਫਿਰ ਨਹੀਂ ਉਸ ਦਾ ਹੁਣ ਕੱਲ ਹੀ ਆਪਾਂ ਨੂੰ ਪਤਾ ਲੱਗੇਗਾ ਅਤੇ ਹੁਣ ਗੱਲ ਆਉਂਦੀ ਹੈ 10ਵੀਂ ਜਮਾਤ ਦੀ 10ਵੀਂ ਦਾ ਇੱਕ ਹੋਰ ਜਿਹੜੀ 10ਵੀਂ ਲਈ ਇੱਕ ਹੋਰ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਜਿਹੜਾ 10ਵੀਂ ਜਮਾਤ ਦਾ ਨਤੀਜਾ ਉਹ 29 ਜੂਨ ਨੂੰ ਹੀ ਆਵੇਗਾ ਇਹ ਹੀ ਵੱਡੀ ਅਪਡੇਟ ਹੈ ਪੀਐਸਬੀ 10ਥ ਰਿਜ਼ਲਟ 2022 ਡੇਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੀ ਟਰਮ 2 ਨਤੀਜਾ ਅਗਲੇ ਹਫਤੇ ਆਉਣ ਦੀ ਸੰਭਾਵਨਾ ਠੀਕ ਹੈ ਦੇਖ ਸਕਦੇ ਹੋ ਅੱਜ ਦੀ ਇਹ ਖਬਰ ਹੈ 23 ਜੂਨ 2022 3 ਵਜੇ 3:30 ਵਜੇ ਦੀ ਇਹ ਖਬਰ ਹੈ ਹਾਂਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਪੀਐਸਸੀ ਵੱਲੋਂ 10ਵੀਂ ਟਰਮ 2 ਦੇ ਨਤੀਜੇ 2022 ਦੀ ਮਿਤੀ ਦਾ ਐਲਾਨ ਕਰਨਾ ਕਰਨ ਦੀ ਉਮੀਦ ਹੈ ਅਪਡੇਟ ਦੇ ਅਨੁਸਾਰ ਪੰਜਾਬ ਬੋਰਡ 12ਵੀਂ ਟਰਮ 2 ਦੇ ਨਤੀਜੇ ਅਗਲੇ ਹਫਤੇ ਜਾਂ ਜੂਨ 2022 ਦੇ ਆਖਰੀ ਹਫਤੇ ਵਿੱਚ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ ਵਿਦਿਆਰਥੀ ਅਧਿਕਾਰਤ ਵੈੱਬਸਾਈਟ ਜਿਹੜੀ ਪੀਐਸਸੀਬੀ ਦੀ ਵੈੱਬਸਾਈਟ ਹੈ ਤੇ ਪੀਐਸਸੀਬੀ ਦੇ ਨਤੀਜੇ ਦੇਖ ਸਕਣਗੇ ਪੀਐਸਸੀਬੀ 10ਥ ਦੇ ਨਤੀਜੇ 22 ਦੀ ਮਿਤੀ ਦੀ ਪੰਜਾਬ ਬੋਰਡ ਵੱਲੋਂ ਪਹਿਲਾਂ ਹੀ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੇ ਜਾਣ ਦੀ ਉਮੀਦ ਹੈ ਪਿਛਲੇ ਰੁਝਾਨਾਂ ਦੇ ਅਨੁਸਾਰ ਪੀਐਸਸੀਬੀ ਆਮ ਤੌਰ ਤੇ ਨਤੀਜਾ ਘੋਸ਼ਿਤ ਘੋਸ਼ਣਾ ਤੋਂ ਘੱਟੋ-ਘੱਟ ਇੱਕ ਦਿਨ ਪਹਿਲਾਂ ਘੋਸ਼ਿਤ ਕਰਦਾ ਹੈ ਠੀਕ ਹੈ ਸਿਰਫ ਇਸ ਵਾਰ ਪੀਐਸਬੀ 10ਵੀਂ ਟਰਮ 1 ਦੇ ਨਤੀਜਿਆਂ ਵਿੱਚ ਪਹਿਲਾ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਸੀ ਪੰਜਾਬ ਬੋਰਡ ਵੱਲੋਂ 29 ਅਪ੍ਰੈਲ ਤੋਂ 19 ਮਈ ਤੱਕ ਹਾਂਜੀ ਮਿੱਤਰੋ ਇਹੀ ਵੱਡੀ ਅਪਡੇਟ ਹੈ ਕਿ ਜਿਹੜੇ 10ਵੀਂ ਦੇ ਨਤੀਜੇ ਨੇ ਇਸ ਖਬਰ ਵਿੱਚ ਸਾਫ-ਸਾਫ ਲੀਕਰ ਕਿ ਕਿ ਜਿਹੜੇ ਯਾਨਕੀ ਜੂਨ ਦੇ ਐਂਡਲੇ ਹਫਤੇ ਵਿੱਚ ਯਾਨਕੀ 29 ਜੂਨ ਨੂੰ ਹੀ ਜਿਹੜੇ ਨਤੀਜੇ ਨੇ 10ਵੀਂ ਦੇ ਹੋ ਆਉਣ ਦੀ ਜ਼ਿਆਦਾ ਸੰਭਾਵਨਾ ਹੈਗੀ ਹੈ ਠੀਕ ਹੈ 90% ਜਾਂ ਤਾਂ ਨਤੀਜੇ ਆ ਹੀ ਜਾਣਗੇ ਬਾਕੀ ਜੇ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਆਪਣੇ ਚੈਨਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਉਸ ਦੀ ਖਬਰ ਆਪਾਂ ਪਹੁੰਚਾਵਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੀ ਘੰਟੀ ਨੂੰ ਆਨ ਕਰ ਦੇਣਾ ਤੇ ਵੀਡੀਓ ਦੇ ਲਈ ਲਾਈਕ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਣਾ ਅਤੇ 12ਵੀਂ ਜਮਾਤ ਦੇ ਟਰਮ 2 ਦੇ ਨਤੀਜੇ ਦਾ ਕੱਲ ਹੀ ਪਤਾ ਲੱਗੇਗਾ ਕਿ ਜਿਹੜੇ ਆਉਣਗੇ ਇੱਕ ਜਾਫਰ ਨਹੀਂ ਅਤੇ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ 12ਵੀਂ ਜਮਾਤ ਦੇ ਨਤੀਜੇ ਯਾਨਕਿ 24 ਜੂਨ ਨੂੰ ਕੱਲ ਆਉਣਗੇ ਇੱਕ জাফর ਨਹੀਂ ਆਪ ਨੂੰ ਕਮੈਂਟ ਕਰਕੇ ਜੁੜ ਦੋਸਣਾ ਤੇ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰਿਆਂ ਨੂੰ ਧੰਨਵਾਦ